ਸਿੱਧੂ ਮੂਸੇ ਵਾਲੇ ਤੇ ਗੀਤ ਗਾਉਣ ਵਾਲੇ ਟਾਈਗਰ ਹਲਵਾਰਾ ਦੀ ਸੱਚਾਈ ਆਈ ਸਾਹਮਣੇ। ਪ੍ਰਿੰਕਲ ਲੁਧਿਆਣਾ ਤੇ ਹਨੀ ਸੇਠੀ ਨੇ ਲਾਈਵ ਹੋ ਕੇ ਖੋਲਤੀ ਪੋਲ ਤੇ ਕਰਤੇ ਵੱਡੇ ਖੁਲਾਸੇ। ਜੇ ਕੋਈ ਤੁਹਾਨੂੰ ਫੀਚਰਿੰਗ ਕਰਨਾ ਚਾਹੁੰਦਾ ਤਾਂ ਉਹਦਾ ਪੁੱਛੋ ਵੀ ਭਾਈ ਤੇਰੇ ਤੇ ਪੈਸੇ ਤਾਂ ਨਹੀਂ ਲੱਗੇ ਹੋਏ ਕਿਸੇ ਦੇ, ਵੀ ਤੂੰ ਕਿਤੋਂ ਭਗੌੜਾ ਤਾਂ ਨਹੀਂ ਹੋਇਆ, ਇਹਨੂੰ ਕੀ ਭਗੌੜਾ ਹੀ ਕਹਿ ਸਕਦੇ ਆ, ਭਗੌੜਾ ਹੀ ਕਹਿ ਸਕਦੇ ਆ। ਗੁਰੂ ਮਹਾਰਾਜ ਦੀ ਇੰਨੀ ਕਿਰਪਾ, ਅਸੀਂ ਜਿਹਨੂੰ ਵੀ ਨਾਲ ਰੱਖਦੇ ਹਾਂ ਭਰਾ ਬਣਾ ਕੇ ਰੱਖਦੇ ਹਾਂ। ਅੱਜ ਵੀ ਉਹ ਇਹ ਕਹਿੰਦੇ ਆ ਵੀ ਅਸੀਂ ਇਹ ਸੋਚਦੇ ਹਾਂ ਵੀ ਅਸੀਂ ਡਰਾਈਵਰੀ ਨਹੀਂ ਕੀਤੀ, ਅਸੀਂ ਆਪਦੇ ਭਰਾ ਦੇ ਨਾਲ ਰਹੇ ਹਾਂ, ਅਸੀਂ ਆਪਦੇ ਭਰਾ ਦੇ ਨਾਲ ਘੁੰਮਦੇ ਰਹੇ ਹਾਂ। 5 ਜਨਵਰੀ ਨੂੰ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਜਨਮ ਦਿਨ ਮੌਕੇ ਇੱਕ ਗਾਣਾ ਰਿਲੀਜ਼ ਹੋਇਆ। ਇਹ ਗਾਣਾ ਸਿੱਧੂ ਮੂਸੇਵਾਲੇ ਦੇ ਪੇਜ ਤੇ ਯੂਟਿਊਬ ਚੈਨਲ ਤੇ ਹੀ ਰਿਲੀਜ਼ ਕੀਤਾ ਗਿਆ, ਜਿਸ ਦਾ ਨਾਮ ਹੈ ਦੀ ਲਾਸਟ ਵਿਸ਼। ਇਸ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਦੀਆਂ ਬਚਪਨ ਦੀਆਂ ਤਸਵੀਰਾਂ ਅਤੇ ਸਿੱਧੂ ਮੂਸੇਵਾਲੇ ਦੀ ਮੌਤ ਦੇ ਦੌਰਾਨ ਜੋ ਘਟਨਾ ਉਸ ਦੇ ਨਾਲ ਵਾਪਰੀ ਸੀ, ਉਹ ਸਾਰਾ ਕੁਝ ਇਸ ਗੀਤ ਦੇ ਜ਼ਰੀਏ ਬਿਆਨ ਕੀਤਾ ਗਿਆ। ਸੋ ਇਸ ਗੀਤ ਨੂੰ ਜਿਸ ਸਿੰਗਰ ਦੇ ਵੱਲੋਂ ਲਿਖਿਆ ਤੇ ਗਾਇਆ ਗਿਆ ਉਸਦਾ ਨਾਮ ਹੈ ਟਾਈਗਰ ਹਲਵਾਰਾ, ਜਿਸ ਦੀ ਕਿ ਹੁਣ ਸੱਚਾਈ ਸਾਹਮਣੇ ਆਈ ਹੈ। ਜੀ ਹਾਂ, ਮਸਲਾ ਭਖ ਚੁੱਕਿਆ। ਜਿਵੇਂ ਇਹ ਗਾਣਾ ਰਿਲੀਜ਼ ਹੁੰਦਾ ਦੀ ਲਾਸਟ ਵਿਸ਼, ਇਸ ਤੋਂ ਬਾਅਦ ਮਸਲਾ ਭਖ ਜਾਂਦਾ ਸਿੰਗਰ ਨੂੰ ਲੈ ਕੇ। ਸਿੰਗਰ ਦੀ ਜੋ ਸੱਚਾਈ ਹੈ ਉਹ ਸਾਹਮਣੇ ਆਈ ਹੈ ਅਤੇ ਸਿੰਗਰ ਟਾਈਗਰ ਹਲਵਾਰਾ ਬਾਰੇ ਵੱਡੇ ਖੁਲਾਸੇ ਕੀਤੇ ਨੇ ਪ੍ਰਿੰਕਲ ਲੁਧਿਆਣਾ ਅਤੇ ਹਨੀ ਸੇਠੀ ਨੇ, ਜਿਨ੍ਹਾਂ ਨੇ ਲਾਈਵ ਹੋ ਕੇ ਟਾਈਗਰ ਹਲਵਾਰਾ ਬਾਰੇ ਵੱਡੇ ਖੁਲਾਸੇ ਕਰ ਦਿੱਤੇ ਅਤੇ ਅਸਲ ਸੱਚਾਈ ਹੈ ਜਿਹੜੀ ਪੂਰੀ ਦੁਨੀਆ ਦੇ ਸਾਹਮਣੇ ਲਿਆ ਕੇ ਖੜੀ ਕਰ ਦਿੱਤੀ ਤੇ ਕਿਹਾ ਕਿ ਟਾਈਗਰ ਹਲਵਾਰਾ ਸਾਡੇ ਕੋਲ 4 ਸਾਲ ਦੇ ਲਈ ਬੌਂਡ ਸੀ ਤੇ ਇਸ ਨੂੰ ਪੈਸੇ ਵੀ ਦਿੱਤੇ ਹੋਏ ਸੀ ਅਤੇ ਟਾਈਗਰ ਹਲਵਾਰਾ ਨੂੰ ਪ੍ਰਿੰਕਲ ਲੁਧਿਆਣਾ ਤੇ ਹਨੀ ਸੇਠੀ ਨੇ ਘਟੀਆ ਇਨਸਾਨ ਵੀ ਕਿਹਾ ਤੇ ਨਾਲ ਹੀ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਵੀ ਬੇਨਤੀ ਕੀਤੀ ਹੈ, ਫੋਨ ਤੇ ਗੱਲਬਾਤ ਕੀਤੀ ਹੈ ਪ੍ਰਿੰਕਲ ਲੁਧਿਆਣਾ ਨੇ ਤੇ ਕਿਹਾ ਕਿ ਇਹ ਇਨਸਾਨ ਸਾਡੇ ਕੋਲ 4 ਸਾਲ ਦੇ ਲਈ ਬੌਂਡ ਸੀ ਪਰ ਇਹਨਾਂ ਨੇ ਤੁਹਾਨੂੰ ਗੁੰਮਰਾਹ ਕੀਤਾ। ਜੀ ਹਾਂ, ਪ੍ਰਿੰਕਲ ਲੁਧਿਆਣਾ ਦਾ ਇਹ ਕਹਿਣਾ ਹੈ ਕਿ ਟਾਈਗਰ ਹਲਵਾਰਾ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਗੁੰਮਰਾਹ ਕੀਤਾ। ਸੋ ਫੋਨ ਤੇ ਗੱਲਬਾਤ ਕਰਦੇ ਦੀ ਆਡੀਓ ਵੀ ਸਾਡੇ ਕੋਲ ਮੌਜੂਦ ਹੈ ਜੋ ਹੁਣ ਅਸੀਂ ਤੁਹਾਨੂੰ ਸੁਣਾਉਣ ਲੱਗਿਆ, ਤਾਂ ਤੁਸੀਂ ਵੀ ਪਹਿਲਾਂ ਸੁਣੋ ਪ੍ਰਿੰਕਲ ਲੁਧਿਆਣਾ ਦੇ ਵੱਲੋਂ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਕੀ ਬੇਨਤੀ ਕੀਤੀ ਗਈ ਹੈ। ਸਤਿ ਸ਼੍ਰੀ ਅਕਾਲ ਅੰਕਲ, ਮੈਂ ਪ੍ਰਿੰਕਲ ਬੋਲਦਾ ਲੁਧਿਆਣੇ ਤੋਂ। ਠੀਕ ਹੋ, ਸਿਹਤ ਠੀਕ ਹੈ ਤੁਹਾਡੀ? ਬਸ ਬਹੁਤ ਵਧੀਆ। ਅੱਛਾ ਅੰਕਲ, ਤੁਸੀਂ ਮੇਰੇ ਫਾਦਰ ਵਾਂਗੂ, ਤੁਹਾਨੂੰ ਯਾਦ ਹੋਊਗਾ ਆਪਾਂ ਸ਼ੋਅ ਕਰਾਇਆ ਸੀ ਸਿੱਧੂ ਵੀਰਾ ਦਾ ਉਦੋਂ 2020 ਚ ਲੁਧਿਆਣੇ। ਹਾਂਜੀ ਹਾਂਜੀ। ਅੱਛਾ ਅੰਕਲ, ਇੱਕ ਬੇਨਤੀ ਕਰਨੀ ਸੀ, ਜਿਹੜਾ ਮੁੰਡਾ ਟਾਈਗਰ ਹੈ ਜਿਹਨੇ ਤੁਹਾਡੇ ਨਾਲ ਕੱਲ ਗਾਣਾ ਰਿਲੀਜ਼ ਕੀਤਾ ਟਾਈਗਰ ਹਲਵਾਰਾ, ਹਾਂ, ਇਹ ਨਾ ਅੰਕਲ ਮੇਰੇ ਕੋਲ 4 ਸਾਲਾਂ ਲਈ ਬੌਂਡ ਸੀਗਾ, ਪੈਸੇ ਪੂਸੇ ਵੀ ਇਹਨੇ ਲਏ ਹੋਏ ਸੀ ਆਪਣੇ ਤੋਂ, ਮੇਰੇ ਕੋਲ ਘਰੇ ਰਹਿੰਦਾ ਰਿਹਾ ਇਹ 6 ਮਹੀਨੇ। ਮੈਂ ਕਿਹਾ ਤੁਹਾਨੂੰ ਇਹਨੇ ਦੱਸਿਆ ਨਹੀਂ ਹੋਣਾ, ਸਾਰੇ ਕਾਗਜ਼ ਪੱਤਰ ਇਹਨੇ ਮੇਰੇ ਕੋਲ ਪਏ ਨੇ ਤੇ ਮਤਲਬ ਮੈਂ ਇਹ ਨਹੀਂ ਬਈ ਮੈਂ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਕਰਦਾ, ਤੁਸੀਂ ਮੇਰੇ ਫਾਦਰ ਵਾਂਗੂ, ਮੈਂ ਬਹੁਤ ਰਿਸਪੈਕਟ ਕਰਦਾ ਤੁਹਾਡੀ। ਜੇ ਮੈਨੂੰ ਮਾੜਾ ਜਿਹਾ ਪੁੱਛ ਵੀ ਲੈਂਦਾ ਨਾ ਅੰਕਲ, ਮੈਂ ਕਾਗਜ਼ ਹੀ ਮੋੜ ਦੇਣੇ ਸੀ ਇਹਦੇ, ਮੈਂ ਕਾਗਜ਼ ਰੱਖਣੇ ਨਹੀਂ ਸੀਗੇ, ਸਾਡਾ ਦਿਲ ਬਹੁਤ ਵੱਡਾ। ਜੇ ਜਿੱਦਾਂ ਮੰਨ ਲਓ ਤੁਹਾਡੇ ਲਈ ਸਿੱਧੂ ਸੀ ਉੱਦਾਂ ਹੀ ਅਸੀਂ ਹਾਂ, ਤੁਸੀਂ ਵੈਸੇ ਹੀ ਸਾਨੂੰ ਕੋਈ ਕਹਿ ਦਿੰਦੇ ਵੀ ਬੇਟਾ ਇੱਦਾਂ, ਇਹ ਥੋੜ੍ਹਾ ਜਿਹਾ ਨਾ ਇਹਨੂੰ ਇਹ ਗੱਲ, ਹਾਂਜੀ ਨਹੀਂ ਤੁਸੀਂ ਸਾਡੇ ਬਜ਼ੁਰਗ ਹੋ, ਮੈਂ ਦੱਸੋ ਤੁਹਾਡੀ ਬਹੁਤ ਇੱਜ਼ਤ ਕਰਦਾ, ਮੈਂ ਤੁਹਾਨੂੰ ਦੱਸਣਾ ਸੀ, ਮੈਂ ਕਿਹਾ ਅੰਕਲ ਨੂੰ ਦੱਸਾਂ, ਮੇਰੀ ਤਾਂ ਤੁਹਾਡੇ ਨਾਲ ਪਹਿਲੇ ਵੀ, ਚਲੋ ਅਸੀਂ ਤਾਂ ਉਦੋਂ ਆਏ ਵੀ ਸੀਗੇ ਸਾਰੇ, ਹੈ ਨਾ, ਅਤੇ ਅਸੀਂ ਤਾਂ ਤੁਹਾਡੀ ਬਹੁਤ ਇੱਜ਼ਤ ਕਰਦੇ ਹਾਂ, ਕਦੀ ਤੁਸੀਂ ਆਵਾਜ਼ ਵੀ ਮਾਰੋਗੇ ਸਾਰਾ ਲੁਧਿਆਣਾ ਤੁਹਾਡੇ ਨਾਲ ਖੜਾ ਕਰ ਦਾਂਗੇ। ਬਸ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਸੀ ਵੀ ਆਹ ਮੁੰਡੇ ਨੇ ਆਹ ਗਲਤ ਹਰਕਤ ਕੀਤੀ ਹੈ ਜੀ।
ਨਹੀਂ ਨਹੀਂ ਕੋਈ ਗੱਲ ਨੀ ਅੰਕਲ, ਮੈਨੂੰ ਮੈਂ ਤੇ ਗਾਣੇ ਵੀ ਇੱਕ ਦੋ ਕਰਾਏ ਸੀ ਉਦੋਂ ਇਹਨੇ ਥੋੜੀ ਜਿਹੀ, ਮਤਲਬ ਤੁਸੀਂ ਵੀ ਅਵੇਅਰ ਰਹਿਣਾ ਮੈਂ ਕਿਸੇ ਬਾਰੇ ਗਲਤ ਨੀ ਬੋਲਦਾ, ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਬਖਸ਼ੇ, ਪਰ ਮੈਂ ਤੁਹਾਨੂੰ ਵਟਸਐਪ ਦੇ ਉੱਤੇ ਪੇਪਰ ਵੀ ਸੈਂਡ ਕਰਦਾ, ਬਾਕੀ ਮੈਂ ਤੁਹਾਨੂੰ ਮਿਲ ਕੇ ਜਾਊਂਗਾ ਬਸ, ਬਾਕੀ ਮੈਨੂੰ ਕੋਈ ਗੁੱਸਾ ਨਹੀਂ ਹੈ, ਮਾੜਾ ਜਿਹਾ ਪੁੱਛ ਲੈਂਦਾ ਆਪਾਂ ਨੂੰ ਕੀ ਸੀ, ਆਪਾਂ ਤਾਂ ਪੰਜਾਬੀ ਵੈਸੇ ਹੀ ਬੜੇ ਵੱਡੇ ਦਿਲ ਵਾਲੇ ਆ। ਹਾਂ ਬਿਲਕੁਲ, ਹਾਂਜੀ ਹਾਂਜੀ ਆ ਗਾ, ਮੈਂ ਬਾਕੀ ਪੇਪਰ ਭੇਜਦਾ ਅੰਕਲ ਤੁਹਾਨੂੰ ਵਟਸਐਪ ਤੇ, ਠੀਕ ਆ। ਇਸ ਦੇ ਨਾਲ ਹੀ ਉਹਨਾਂ ਦੋਨਾਂ ਦੇ ਵੱਲੋਂ ਭਾਨਾ ਸਿੱਧੂ ਨੂੰ ਵੀ ਬੇਨਤੀ ਕੀਤੀ ਗਈ ਹੈ ਤੇ ਕਿਹਾ ਕਿ ਟਾਈਗਰ ਹਲਵਾਰਾ ਤੋਂ ਅਵੇਅਰ ਹੋ ਜਾਵੋ, ਕਿਉਂਕਿ ਤੁਹਾਨੂੰ ਦੱਸ ਦਈਏ ਇਸ ਗੀਤ ਦੇ ਵਿੱਚ ਦਾ ਲਾਸਟ ਵਿੱਚ ਗੀਤ ਦੇ ਵਿੱਚ ਜੋ ਭਾਨਾ ਸਿੱਧੂ ਵੀ ਨਜ਼ਰ ਆ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਵੀ ਕਿਰਦਾਰ ਨਿਭਾਇਆ ਗਿਆ। ਇਸ ਦੇ ਚੱਲਦਿਆਂ ਹੀ ਪ੍ਰਿੰਕਲ ਲੁਧਿਆਣਾ ਦੇ ਵੱਲੋਂ ਭਾਨਾ ਸਿੱਧੂ ਨੂੰ ਵੀ ਵੱਡੀ ਗੱਲ ਆਖੀ ਗਈ ਹੈ। ਸੋ ਲਾਈਵ ਹੋ ਕੇ ਪ੍ਰਿੰਕਲ ਲੁਧਿਆਣਾ ਅਤੇ ਹਨੀ ਸੇਠੀ ਦੇ ਵੱਲੋਂ ਟਾਈਗਰ ਹਲਵਾਰਾ ਬਾਰੇ ਹੋਰ ਕਿਹੜੇ ਵੱਡੇ ਖੁਲਾਸੇ ਕੀਤੇ ਗਏ ਨੇ ਇਹ ਹੁਣ ਅਸੀਂ ਤੁਹਾਨੂੰ ਸੁਣਾਉਣ ਲੱਗੇ। ਕੋਈ ਤੁਹਾਨੂੰ ਫੀਚਰਿੰਗ ਕਰਨਾ ਚਾਹੁੰਦਾ ਤਾਂ ਉਹਦਾ ਪੁੱਛੋ ਵੀ ਭਾਈ ਤੇਰੇ ਤੇ ਪੈਸੇ ਤਾਂ ਨਹੀਂ ਲੱਗੇ ਕਿਸੇ ਦੇ, ਵੀ ਤੂੰ ਕਿਤੋਂ ਭਗੌੜਾ ਤਾਂ ਨਹੀਂ ਹੋਇਆ, ਇਹਨੂੰ ਕੀ ਭਗੌੜਾ ਹੀ ਕਹਿ ਸਕਦੇ ਆ, ਭਗੌੜਾ ਹੀ ਕਹਿ ਸਕਦੇ ਆ। ਦਸੰਬਰ 25 ਦਸੰਬਰ 2025 ਤੱਕ ਮੇਰੇ ਨਾਲ ਇਹ ਬੌਂਡ ਹੈ, ਆ ਪਿਆ ਸਾਈਨ, ਆ ਪਿਆ ਸਾਈਨ ਟਾਈਗਰ ਦਾ, ਤੇ ਮੈਂ ਟਾਈਗਰ ਨੂੰ ਕਹਿਣਾ ਚਾਹੁੰਦਾ ਪੁੱਤ ਭੱਜ ਲੈ ਕਿੱਥੇ ਭੱਜਣਾ, ਫਿਰ ਬਾਅਦ ਚ ਗੱਲ ਹੋ ਗਈ ਘੁੰਮਣ ਬਾਈ ਯਾਰਾਂ ਨਾਲ, ਤੇਰੇ ਤੇ ਪਰਚਾ ਵੀ ਕਰਾਉਂਗਾ, ਤੇਰੇ ਸਾਰੇ ਗਾਣੇ ਵੀ ਡਿਲੀਟ ਕਰਾਉਂਗਾ, ਤੇ ਤੂੰ ਅੱਜ ਪ੍ਰਿੰਕਲ ਦਾ ਫੋਨ ਨਹੀਂ ਨਾ ਚੱਕਦਾ, ਨਾ ਸਨੈਪਚੈਟ ਤੇ ਨਾ ਡਾਇਰੈਕਟ ਤੇ ਸਟੋਰੀਆਂ ਪਾਉਣਾ, ਤੈਨੂੰ 500 ਬੰਦੇ ਖਿਲਾਰ ਕੇ 500 ਬੰਦੇ ਦੇ ਵਿੱਚ ਕਹੂੰਗਾ ਕਿ ਤੈਨੂੰ ਮਾਫ ਨਹੀਂ ਕਰਾਂਗਾ। ਗੱਲ ਸੁਣ, ਤੈਨੂੰ ਜੇ ਪਾਨੇ ਵੀਰ ਹੋਣੀ ਫੋਨ ਕਰ ਸਕਦੇ ਆ, ਪਾਨਾ ਸਿੱਧੂ ਫੋਨ ਕਰ ਸਕਦਾ ਭਰਾ ਮੇਰਾ, ਮੈਂ ਉਹਦੀ ਇੱਜ਼ਤ ਕਰਦਾ, ਮੇਰਾ ਗੁੱਸਾ ਸ਼ਾਂਤ ਕਰਤਾ ਜੇ ਤੂੰ ਮੈਨੂੰ ਫੋਨ ਕਰ ਲੈਂਦਾ ਨਾ, ਪਰ ਹੁਣ ਨਾ ਕਰੀ, ਹੁਣ ਮੈਂ ਫੋਨ ਕਰੇ ਦਾ ਵੀ ਪੁੱਠਾ ਹਿਸਾਬ ਲਾ ਦੇਣਾ। ਨਹੀਂ ਫੇਰ ਵੀ 2 ਘੰਟੇ ਲਾ ਲਾ, ਕੀ ਹੁਣ ਕੀ ਕਰਨਾ ਉਹਨੂੰ, ਆ ਚੈੱਕ ਕਰ ਤੇਰੀ ਸੈਨ ਹੈ ਨਾ ਟਾਈਗਰ ਯਾਰ, ਜੇ ਕੋਈ ਗੱਡੀ ਦੇ ਉੱਤੇ ਮੰਨ ਲਓ ਕੋਈ ਚੀਜ਼ ਤੇ ਪੈਸੇ ਇਨਵੈਸਟ ਕਰਦਾ ਉਹਨੂੰ ਕੋਈ ਉਹਦਾ ਸਕੋਪ ਨਹੀਂ, ਮੈਂ ਕਹਿੰਦਾ ਯਾਰ ਬੇਅੰਤ ਪੈਸੇ ਕੱਪੜੇ ਕੀ ਕੁਛ, ਹੁਣ ਕੀ ਗਣਾਈਏ ਫੇਰ, ਇਸ ਬੰਦੇ ਨੂੰ ਮੈਂ ਕਦੀ ਹੋਟਲ ਤੇ ਰੋਟੀ ਖਾਣ ਨਹੀਂ ਦਿੱਤੀ, ਮਤਲਬ ਕਹਿਣ ਦਾ ਵੀ ਇਹਨੂੰ ਕਹਿ ਦਿੰਦਾ ਮੈਂ ਗਾਣਾ ਕਰਨ ਚੱਲਿਆ, ਸ਼ਾਇਦ ਇਹ ਤੈਨੂੰ ਹੋਰ ਵੱਡੇ ਲੈਵਲ ਤੇ ਕਰਾਂਦਾ। ਨਹੀਂ ਮੈਂ ਕਹਿੰਦਾ ਕਰ ਲੈ ਯਾਰ ਬਾਪੂ, ਹਾਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੋ, ਮੈਂ ਝੂਠ ਨਹੀਂ ਬੋਲਦਾ, ਜਿੱਦਾਂ ਮੇਰੇ ਫਾਦਰ ਸਤਨਾਮ ਸਿੰਘ ਸ਼ੰਟੀ ਉਦਾਂ ਹੀ ਮੇਰੇ ਲਈ ਬਾਪੂ ਬਲਕੌਰ ਸਿੰਘ, ਜੇ ਉਹਨਾਂ ਦਾ ਇੱਕ ਪੁੱਤ ਸ਼ਹੀਦ ਹੋਇਆ ਨਾ, ਡੈਥ ਹੋਈ ਆ, ਸਾਰਾ ਪੰਜਾਬ ਉਹਨਾਂ ਦਾ ਬੱਚਾ ਯਾਰ, ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕ ਉਹਨਾਂ ਦੇ ਬੱਚੇ, ਉਹਨਾਂ ਦੀ ਟੀ-ਸ਼ਰਟਾਂ ਪਾ ਕੇ ਫਿਰਦੇ ਨੇ ਸਾਰੇ, ਕਹਿੰਦਾ ਬਾਪੂ ਲੱਗੀਆਂ ਹੋਈਆਂ ਉਹਨਾਂ ਦੀਆਂ। ਬਲਕੌਰ ਸਿੰਘ ਸਿੱਧੂ ਸਾਹਿਬ ਨੂੰ ਵੀ ਇਹਨਾਂ ਨੇ ਗੁੰਮਰਾਹ ਕੀਤਾ ਇਹਨੇ ਟਾਈਗਰ ਨੇ, ਇਹ ਕਹਿੰਦਾ ਭਰਾ ਵੀ ਹੈਗਾ ਉਹ ਵੀ ਬੜਾ ਸ਼ੈਤਾਨ ਆ, ਇਹ ਦੋ ਭਰਾ ਨੇ, ਇਹ ਬਣੇ ਮੀਸਣੇ ਜੇ ਬਣਦੇ ਆ, ਬੜੇ ਵੀ ਸਾਡੇ ਵਰਗਾ ਤਾਂ ਕੋਈ ਹੈ ਹੀ ਨਹੀਂ। ਸੋ ਇਸ ਬਾਰੇ ਤੁਹਾਡੀ ਕੀ ਰਾਏ ਆ, ਜੋ ਪ੍ਰਿੰਕਲ ਲੁਧਿਆਣਾ ਅਤੇ ਹਨੀ ਸੇਠੀ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਹਲਵਾਰਾ ਦੇ ਬਾਰੇ, ਤਾਂ ਇਸ ਬਾਰੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਆਪਣੇ ਦਰਸ਼ਕਾਂ ਤੋਂ ਰਾਏ ਜਾਣਨਾ ਜ਼ਰੂਰ ਚਾਹਾਂਗੇ, ਜੋ ਵੀ ਤੁਹਾਡੀ ਇਸ ਬਾਬਤ ਰਾਏ ਆ, ਜੋ ਵੀ ਤੁਹਾਡੇ ਵਿਚਾਰ ਨੇ, ਉਹ ਸਾਡੇ ਨਾਲ ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰ ਸਕਦੇ ਹੋ। ਦੇਖਦੇ ਰਹੋ ਚੜ੍ਹਦੀ ਕਲਾ, ਟਾਈਮ ਟੀਵੀ, ਧੰਨਵਾਦ।